ਮੇਰਾ ਨਹੀਂ ਉਹਨੂੰ ਪਤਾ ਕਿ ਕੋਈ ਉਹਨੂੰ ਪੁੱਛੇ ਤੋਂ ਕਹਿ ਉਹ ਕੈਦੀ ਵਗੈਰਾ ਪੁੱਛਣੀ ਕੌਣ ਆਈ ਹੈ। ਇਸਕਾ ਦੋਸ ਹੈਗਾ ਸੀ ਬੜਾ ਗਹਿਰਾ, ਇਹ ਸੈਂਟਰ ਮੈਂ ਕਿਧਰ ਹੈ ਔਰ ਇਹ ਇਸਕਾ ਦੋਸ ਜਿਹੜਾ ਕਤਲ ਹੋਇਆ, ਬੜਾ ਇਨਕਾ ਪਿਆਰ ਸੀ ਬਹੁਤ, ਜੈਸੇ ਕੋਈ ਸਕੇ ਭਾਈ ਇਹ ਪੜ੍ਹੇ ਵੀ ਇਕੱਠੇ ਨੇ। ਸੁਬਹਾ ਉੱਠਦਾ ਸੀ ਮੈਂ ਤਜਦ ਪੜ੍ਹਦੀ ਸਾਂ ਔਰ ਮੇਰੇ ਸਾਥ ਤਜਦ ਵੀ ਪੜ੍ਹਦਾ ਸੀ। ਫਿਰ ਵੀ ਮੈਨੇ ਉਹਨੇ ਤਸੱਲੀ ਦਿੱਤੀ ਕਿ ਆਪ ਇਨ ਚੱਕਰੋਂ ਮੈਂ ਨਾ ਪੈ ਤੋ ਆਪਕਾ ਬੇਟਾ ਬਰੀ ਹੋ ਜਾਵੇਗਾ। ਉਹਨੇ 10,000 ਇੱਕ ਵਾਰੀ ਦੇ ਲਿਆ, ਇੱਕ ਵਾਰੀ ਬੁਲਾ ਕੇ ਫਿਰ ਇਹਦੀ ਦੂਰ ਕਿਰਾਇਆ ਖਰਚ ਕਰਕੇ ਗਏ, 10,000 ਫਿਰ ਉਹਨੇ ਲੈ ਲਿਆ। ਫਿਰ ਉਹਨੇ ਮੇਰੇ ਬੇਟੇ ਨੂੰ ਕਿਹਾ ਕਿ ਅਗਰ ਨਾ ਭਰੀ ਹੋਇਆ ਔਰ ਮੈਂ ਆਪਕਾ 20,000 ਰੁਪਈਆ ਵਾਪਸ ਕਰਾਂਗਾ। ਫਿਰ ਉਹ ਜਿਸਲੇ ਉੱਥੇ ਜਵਾਬ ਸਵਾਲ ਹੋਏ ਨੇ ਅਤੇ ਉਹ ਅੰਦਰ ਜਾ ਕੇ ਕਮਰੇ 'ਚ ਮੈਂ ਵੀ ਸਾਂ, ਉਹ ਵਕੀਲ ਵੀ ਸੀ ਅਤੇ ਉੱਥੇ ਵਕੀਲ ਮੇਰਾ ਬੋਲਿਆ ਹੀ ਨਹੀਂ, ਉਹ ਸਰਕਾਰੀ ਵਕੀਲ ਸੀ, ਉਹਨੇ ਕੋਈ ਗੱਲ ਹੀ ਨਹੀਂ ਕੀਤੀ ਉੱਥੇ ਮੇਰੇ ਬੇਟੇ ਦੀ, ਜਿਹੜਾ ਕਿ ਮੈਂ ਉਹਦੇ ਚੈਂਬਰ 'ਤੇ ਵੀ ਗਈ ਉਸ ਕੋਲ ਢੂੰਡਦੀ ਰਹੀ ਕਿ ਮੇਰਾ ਜਿਹੜਾ 20,000 ਮੇਰੇ ਨਾਲ ਵਾਅਦਾ ਕੀਤਾ ਸੀ ਵਾਪਸ ਕਰ, ਲੇਕਿਨ ਉਹ ਛੁੱਪ ਗਿਆ, ਉਹਨੇ ਮੈਨੂੰ ਕੋਈ ਪੈਸਾ ਨਾ ਦਿੱਤਾ। ਖਿਜ਼ਰ ਦਾ ਕੇਸ ਮੈਂ 2014 ਸੇ ਦੇਖ ਰਹਾ ਹੂੰ। ਖਿਜ਼ਰ ਇਜ਼ ਸਫਰਿੰਗ ਫਰੋਮ ਇੱਕ ਬਿਮਾਰੀ ਹੈ ਕਾਲਡ ਸਕਿਜ਼ੋਫਰੇਨੀਆ, ਇਹ ਇੱਕ ਬੜੀ ਖਤਰਨਾਕ ਦਿਮਾਗੀ ਬਿਮਾਰੀ ਹੈ ਜਿਸਮੇ ਮਰੀਜ਼ ਕੋ ਬੜੀ ਸ਼ਰੀਰ ਕਿਸਮ ਕੇ ਲਾਮਤੇ ਆਤੀ ਹੈ। ਕਿਸੇ ਖਿਜ਼ਰ ਕੀ ਅਭੀ ਤੱਕ ਕਮ ਅਜ਼ ਕਮ 7-8 ਵੈਲਿਊਸ਼ਨਸ ਹੋਈ ਹੈ, ਤੋ ਇਨ ਸਭ ਲੋਕਾਂ ਨੇ ਸਵੇਰ ਸਾਈਕੋਟਿਕਲ ਜੋ ਸਿਮਟਮਸ ਹੈ ਇਹ ਨੋਟ ਕੀਏ ਵਹਾਂ ਪੇ, ਔਰ ਉਸਮੇ ਕਿਸੀ ਵੀ ਲਾਮਤ ਮੇਂ ਕਿਸੀ ਵੀ ਉਨਕੇ ਵਿਜ਼ਿਟ ਕੇ ਅੰਦਰ ਕੋਈ ਇੰਪਰੂਵਮੈਂਟ ਨਹੀਂ ਦਰਜ ਕੀ ਗਈ। ਉਹ ਪਤਾ ਨਹੀਂ ਹੁੰਦਾ ਕਦੀ ਕੱਪੜੇ ਪਾੜ ਕੇ ਬੈਠਾ ਹੁੰਦਾ ਹੈ, ਕਦੀ ਨੰਗਾ ਬੈਠਾ ਹੁੰਦਾ ਹੈ, ਉਹ ਨਵੇਂ ਕੱਪੜੇ ਦੇ ਕੇ ਆਉਂਦੀ ਆ ਉਹਨਾਂ ਨੂੰ ਪਤਾ ਨਹੀਂ ਕੈਸੇ ਪਾੜਦਾ, ਪਾੜ ਕੇ ਅਤੇ ਕੱਪੜੇ ਪਾੜ ਛੱਡਦਾ ਸਾਰੇ, ਨੰਗਾ ਬੈਠਾ ਹੁੰਦਾ ਕਦੀ ਕਦੀ। ਉਹ ਬੋਲੇ ਵੀ ਅਤੇ ਕਹੇਗਾ ਉਹ ਵੀ ਮੈਨੂੰ ਮਾਰਦਾ, ਉਹ ਵੀ ਮੈਨੂੰ ਮਾਰਦਾ, ਦੀਵਾਰਾਂ ਨੂੰ ਕਹੇਗਾ, ਬਸ ਇਸ ਤਰ੍ਹਾਂ ਦੀਆਂ ਗੱਲਾਂ ਕਰੇਗਾ, ਕੋਈ ਉਹਨੂੰ ਸਮਝ ਨਹੀਂ। ਉਹ ਰਸਤਾ ਬਸਤਾ ਘਰ ਉੱਜੜ ਗਿਆ, ਮੇਰੇ ਨਾਲ ਇੰਨਾ ਪਿਆਰ ਕਰਦਾ ਸੀ, ਬੱਚਿਆਂ ਨਾਲ ਇੰਨਾ ਪਿਆਰ ਕਰਦਾ ਸੀ।